ਜੋ ਆਪਣਾ ਦਿੱਲੀ ਦੇ ਵਿੱਚ ਚੱਲ ਰਿਹਾ ਲਗਾਤਾਰ 4 ਮਹੀਨੇ ਲਗਭਗ ਹੋ ਗਏ ਜੀ, ਉਹਨੂੰ ਦੇਖਦੇ ਹੋਏ ਅਸੀਂ ਅੱਜ ਆਪਣੇ ਪਿੰਡ ਇੱਕ ਨਾਟਕ ਅਤੇ ਹਰਫ ਚੀਮੇ ਅਤੇ ਕਨਵਰ ਬਾਈ ਨੂੰ ਅੱਜ ਪਿੰਡ ਇਲਾਕੇ ਵੱਲੋਂ ਸਨਮਾਨ ਵੀ ਕਰਨਾ। ਨਾਟਕ ਕੋਈ ਅੱਜ ਤੋਂ ਨਹੀਂ, ਇਹ ਸਦੀਆਂ ਤੋਂ ਚੱਲਦੇ ਆ ਰਹੇ ਨੇ ਜੀ। ਇਹਨਾਂ ਨਾਲ ਲੋਕਾਂ ਦੇ ਵਿੱਚ ਉਤੇਜਨਾ ਪੈਦਾ ਹੁੰਦੀ ਹੈ, ਲੋਕਾਂ ਨੂੰ ਜਿਹੜਾ ਮੌਕੇ ਦਾ ਸੰਦਰਭ ਆ ਉਹਦਾ ਪਤਾ ਚੱਲਦਾ, ਆਪਣੇ ਸਮਾਜ ਵਿੱਚ ਜੋ ਕਮੀਆਂ ਪੇਸ਼ੀਆਂ ਨੇ ਉਹਦਾ ਪਤਾ ਚੱਲਦਾ। ਕਮਰਿਆਂ ਦੇ ਵਿੱਚ ਏਸੀ ਕਮਰੇ ਦੇ ਵਿੱਚ ਬਹਿ ਕੇ ਕਾਨੂੰਨ ਬਣਾਏ ਨੇ, ਉਹ ਏਸੀ ਕਮਰੇ ਦੇ ਵਿੱਚ ਬਣਾਏ ਹੋਏ ਕਾਨੂੰਨ ਲੋਕਾਂ ਦੇ ਵਿੱਚ ਬਹਿ ਕੇ ਰੱਦ ਕਰਨੇ ਪੈਣੇ ਨੇ। ਸਭ ਤੋਂ ਪਹਿਲਾਂ ਤਾਂ ਕਾਤਲ ਆ ਕੇਂਦਰ ਸਰਕਾਰ ਜੀ, ਜਿਹੜੀਆਂ 250 ਮੌਤਾਂ ਹੋਈਆਂ ਨੇ, ਮੰਨ ਲਓ ਸ਼ਹੀਦ ਹੋਏ ਨੇ ਸਾਡੇ ਭੈਣ ਭਰਾ ਸਾਡੇ ਬਜ਼ੁਰਗ, ਹੈ ਨਾ, ਉਹਦੇ ਵਿੱਚ ਇੱਕ ਤਾਂ ਹੁੰਦਾ ਅਸਿੱਧੇ ਤੌਰ ਦੇ ਉੱਪਰ, ਸਿੱਧੇ ਤੌਰ ਦੇ ਉੱਪਰ ਕਾਤਲ ਕੇਂਦਰ ਸਰਕਾਰ ਆ। ਅਸੀਂ ਰੋਡ ਨਹੀਂ ਬਲੌਕ ਕਰ ਸਕਦੇ ਜੀ, ਸਾਂਝੀ ਜਗ੍ਹਾ 'ਤੇ ਕਰ ਸਕਦੇ ਹਾਂ, ਸਾਂਝ ਮੰਨ ਲਓ ਕਿਸੇ ਖੁੱਲ੍ਹੇ ਜਗ੍ਹਾ 'ਤੇ ਕਰ ਸਕਦੇ ਹਾਂ, ਪਰ ਕੀ ਇੱਥੇ ਜਿਹੜੀਆਂ ਸੜਕਾਂ ਨੇ ਉਹ ਅਸੀਂ ਬਲੌਕ ਕੀਤੀਆਂ ਨੇ? ਨਹੀਂ ਕੀਤੀਆਂ। ਅਸੀਂ ਜਾ ਰਹੇ ਹਾਂ ਜੰਤਰ ਮੰਤਰ ਜਿੱਥੇ ਪੂਰਾ ਭਾਰਤ ਧਰਨੇ ਲਾਉਂਦਾ, ਪੂਰਾ ਭਾਰਤ ਆਪਣੇ ਪ੍ਰਦਰਸ਼ਨ ਕਰਦਾ, ਪੂਰਾ ਭਾਰਤ ਆਪਣੀ ਆਵਾਜ਼ ਚੱਕਦਾ ਉੱਥੇ ਜਾ ਕੇ। ਅੱਜ ਅਸੀਂ ਉੱਥੇ ਜਾ ਰਹੇ ਹਾਂ, ਸਾਨੂੰ ਉੱਥੇ ਰਸਤੇ ਦੇ ਵਿੱਚ ਰੋਕਤਾ, ਸੋ ਉੱਥੇ ਸਾਡੇ ਕੋਲ ਨਾ ਪੀਣ ਦਾ ਪਾਣੀ ਦਾ ਪ੍ਰਬੰਧ ਹੈ, ਨਾ ਸਾਡੇ ਕੋਲ ਦਵਾਈਆਂ ਦਾ ਪ੍ਰਬੰਧ ਹੈ, ਨਾ ਸਾਡੇ ਕੋਲ ਰਹਿਣ ਦਾ ਪ੍ਰਬੰਧ ਹੈ, ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਹੈ ਜੇ ਅਸੀਂ ਸੰਵਿਧਾਨ ਨੂੰ ਪੜ੍ਹੀਏ। ਉਹ ਮੌਤਾਂ ਦੀ ਕਾਤਲ ਕੇਂਦਰ ਸਰਕਾਰ ਹੈ ਜਿਹਦੇ ਉੱਪਰ ਕਿ 302 ਦੇ ਮੁਕੱਦਮੇ ਦੇ ਤਹਿਤ ਨਰਿੰਦਰ ਮੋਦੀ 'ਤੇ ਕੇਸ ਚੱਲਣਾ ਚਾਹੀਦਾ। 6 ਸਾਲਾਂ ਦੇ ਵਿੱਚ 8.5 ਲੱਖ ਕਰੋੜ 14 ਘਰਾਣਿਆਂ ਦਾ ਕਰਜ਼ਾ ਮਾਫ਼ ਕਰਤਾ, ਪੂਰੇ ਭਾਰਤ ਦੇ ਕਿਸਾਨਾਂ ਦੇ ਸਿਰ 12 ਲੱਖ ਕਰੋੜ ਕਰਜ਼ਾ। ਜੇਕਰ ਉਹ 8.5 ਲੱਖ ਕਰੋੜ ਕਿਸਾਨਾਂ ਦਾ ਮਾਫ਼ ਹੁੰਦਾ ਤਾਂ ਕਈ ਕਰੋੜ ਕਿਸਾਨ ਸੌਖੇ ਹੋ ਜਾਂਦੇ, ਦੂਜੇ ਪਾਸੇ ਸਿਰਫ 14 ਪਰਿਵਾਰ ਸੌਖੇ ਕੀਤੇ ਨੇ ਉਸ ਬੰਦੇ ਨੇ। ਸੋ ਉਹਦੇ ਬਿਆਨ ਦੇ ਵਿੱਚ ਵਾਰੀ ਵਾਰੀ ਇੰਦਰਾ ਗਾਂਧੀ ਦਾ ਜ਼ਿਕਰ, ਵਾਰੀ ਵਾਰੀ ਸਿੱਖਾਂ ਦਾ ਜ਼ਿਕਰ, ਵਾਰੀ ਵਾਰੀ ਪੰਜਾਬ ਦਾ ਜ਼ਿਕਰ, ਇਹ ਸਾਰੀਆਂ ਗੱਲਾਂ ਸ਼ੱਕ ਪੈਦਾ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਇਕੱਲਾ ਸਿੱਖਾਂ ਦਾ ਅੰਦੋਲਨ ਦਿਖਾਇਆ ਜਾ ਰਿਹਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਮਨਵਿੰਦਰ ਸਿੰਘ ਟਿਵਾਣਾ। ਗੱਲ ਕਰੀਏ ਕਿਸਾਨੀ ਅੰਦੋਲਨ ਦੀ, ਕਿਸਾਨੀ ਅੰਦੋਲਨ ਨੂੰ ਤਕਰੀਬਨ 117-118 ਦਿਨਾਂ ਤੋਂ ਉੱਪਰ ਹੋ ਗਿਆ ਜਿਹੜਾ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਆ ਉਹ ਚੱਲ ਰਿਹਾ ਏ, ਜਿਸ ਵਿੱਚ ਬਾਈ ਕਨਵਰ ਗਰੇਵਾਲ ਅਤੇ ਹਰਫ ਚੀਮੇ ਦਾ ਬਹੁਤ ਵੱਡਾ ਯੋਗਦਾਨ ਆ, ਬਹੁਤ ਵੱਡੀ ਸਪੋਰਟ ਆ। ਉਹਨਾਂ ਨੇ ਇੱਦਾਂ ਦੇ ਗਾਣੇ ਲਿਖੇ ਨੇ ਜਿਨ੍ਹਾਂ ਨੂੰ ਸੁਣ ਕੇ ਨੌਜਵਾਨਾਂ 'ਚ ਜੋਸ਼ ਭਰਿਆ ਗਿਆ। ਉਸ ਦੇ ਸੰਬੰਧ ਵਿੱਚ ਅੱਜ ਅਸੀਂ ਖੜ੍ਹੇ ਹਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਰਿਉਣਾ ਵਿਖੇ, ਜਿੱਥੇ ਇੱਕ ਨਾਟਕ ਖੇਡਿਆ ਜਾ ਰਿਹਾ ਹੈ ਅਤੇ ਬਾਈ ਕਨਵਰ ਗਰੇਵਾਲ ਦਾ ਅਤੇ ਹਰਫ ਚੀਮੇ ਦਾ ਸਨਮਾਨ ਆ ਉਹ ਕੀਤਾ ਜਾਣਾ ਹੈ, ਉਸ ਨੂੰ ਲੈ ਕੇ ਸਾਡੇ ਨਾਲ ਪ੍ਰਬੰਧਕ ਨੇ, ਉਹਨਾਂ ਨਾਲ ਕਰਾਂਗੇ ਗੱਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ, ਕੀ ਨਾਮ ਹੈ ਜੀ? ਗੁਰਲਾਲ ਸਿੰਘ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਗੁਰਲਾਲ ਸਿੰਘ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਤੁਸੀਂ ਪਿੰਡ ਵਿੱਚ ਰੱਖਿਆ ਇਸ ਬਾਰੇ ਦੱਸੇਂਗੇ? ਅਸੀਂ ਇੱਕ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਜੀ, ਜੋ ਆਪਣਾ ਦਿੱਲੀ ਦੇ ਵਿੱਚ ਚੱਲ ਰਿਹਾ ਲਗਾਤਾਰ 4 ਮਹੀਨੇ ਲਗਭਗ ਹੋ ਗਏ ਜੀ, ਉਹਨੂੰ ਦੇਖਦੇ ਹੋਏ ਅਸੀਂ ਅੱਜ ਆਪਣੇ ਪਿੰਡ ਇੱਕ ਨਾਟਕ ਅਤੇ ਹਰਫ ਚੀਮੇ ਅਤੇ ਕਨਵਰ ਬਾਈ ਨੂੰ ਅੱਜ ਪਿੰਡ ਇਲਾਕੇ ਵੱਲੋਂ ਸਨਮਾਨ ਵੀ ਕਰਨਾ ਜੀ। ਉਹਨਾਂ ਦਾ ਜਿਹੜਾ ਯੋਗਦਾਨ ਹੈ ਇੱਥੇ ਆਪਣੇ ਸੰਘਰਸ਼ ਵਿੱਚ ਬਹੁਤ ਜ਼ਿਆਦਾ, ਉਹਦੇ ਨਾਲ ਜੋਤ ਨੂੰ ਜੋੜਿਆ ਉਹਨਾਂ ਨੇ, ਪਹਿਲੇ ਦਿਨ ਤੋਂ ਹੀ ਉਹ ਤੁਰੇ ਹੋਏ ਨੇ ਜੀ, ਉਸ ਕਰਕੇ ਉਹਨਾਂ ਨੂੰ ਇੱਥੇ ਇਲਾਕੇ ਵੱਲੋਂ ਅੱਜ ਸਨਮਾਨ ਕੀਤਾ ਜਾਊਗਾ। ਤੁਸੀਂ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਸੁਪਰੀਮ ਕੋਰਟ ਵੱਲੋਂ ਕਾਨੂੰਨਾਂ 'ਤੇ ਰੋਕ ਲਗਾ ਦਿੱਤੀ ਗਈ ਹੈ, ਹਾਲੇ ਕਾਨੂੰਨਾਂ ਦੀ ਜਾਂਚ ਹੋ ਰਹੀ ਆ, ਉਹਨਾਂ 'ਚ ਕੋਈ ਕਮੀਆਂ ਨੇ ਉਹ ਜਾਂਚ ਕੀਤੀ ਜਾ ਰਹੀ ਆ ਸੁਪਰੀਮ ਕੋਰਟ ਵੱਲੋਂ, ਪਰ ਦੂਜੀ ਸਾਈਡ 'ਤੇ ਸੈਂਟਰ ਸਰਕਾਰ ਨੇ ਜਿਹੜਾ ਇੱਕ ਹੋਰ ਦਾਅ ਖੇਡਿਆ ਹੈ, ਉਹਨਾਂ ਨੇ ਕਹਿਤਾ ਵੀ ਕਣਕਾਂ ਉਹਨਾਂ ਦੀਆਂ ਖਰੀਦੀਆਂ ਜਾਣੀਆਂ ਨੇ ਜਿਨ੍ਹਾਂ ਕੋਲ ਜਮ੍ਹਾਂਬੰਦੀ ਆ ਮਾਲਕੀ ਤੋਂ ਦਿਖਾ ਸਕਣਗੇ ਅਤੇ ਸਿੱਧੇ ਪੈਸੇ ਨੇ ਜਿਹੜੇ ਉਹਨਾਂ ਦੇ ਅਕਾਊਂਟ 'ਚ ਆਉਣਗੇ, ਖਾਤੇ 'ਚ ਆਉਣਗੇ। ਆੜ੍ਹਤੀਆ ਮਾਰਿਆ ਗਿਆ, ਜਿਹੜੇ ਕਿਸਾਨ ਛੋਟੇ ਕਿਸਾਨ ਨੇ ਠੇਕੇ 'ਤੇ ਲੈ ਕੇ ਜ਼ਿਆਦਾਤਰ ਕਿਸਾਨ ਖੇਤੀ ਕਰਦੇ ਨੇ ਉਹ ਮਾਰੇ ਗਏ। ਕੀ ਲੱਗ ਰਿਹਾ ਇਹ ਨੀਤੀਆਂ ਕਿੱਦਾਂ ਦੀਆਂ ਨੀਤੀਆਂ ਨੇ? ਇੱਦਾਂ ਦੀ ਸਰਕਾਰ ਪਹਿਲਾਂ ਕਦੇ ਆਈ ਹੈ? ਨਹੀਂ, ਇਹਨਾਂ ਦੀ ਇਹੋ ਜਿਹੀ ਸਰਕਾਰ ਕਦੇ ਪਹਿਲਾਂ ਨਹੀਂ ਆਈ। ਇਹ ਤਾਂ ਮਤਲਬ ਇੰਨੀ ਮਾਰੂ ਕਿਸਾਨ ਸਰਕਾਰ ਆ ਗਈ ਜਿਹੜੀ ਲੋਕਾਂ ਤੋਂ ਹੀ ਵੋਟਾਂ ਲੈ ਕੇ ਲੋਕਾਂ ਨੂੰ ਲੁੱਟਣ, ਲੋਕਾਂ ਨੂੰ ਕੁੱਟਣ ਅਤੇ ਲੋਕਾਂ ਦੇ ਨੁਕਸਾਨ ਜੀ। ਹੁਣ ਜਮ੍ਹਾਂਬੰਦੀ ਦੱਸੋ, ਕਿਹੜਾ ਬੰਦਾ, ਹਰੇਕ ਬੰਦਾ ਆਪਣੇ ਠੇਕੇ 'ਤੇ ਲੈ ਕੇ ਪੈਲੀ ਕਰ ਰਿਹਾ, ਹਰੇਕ ਮਾਲਕੀ ਤਾਂ ਕਿਸੇ ਕੋਲ ਜ਼ਮੀਨ ਕਿਸੇ ਕੋਲ ਨਹੀਂ ਵੀ ਹੁੰਦੀ, ਉਹ ਆਪਣਾ ਰੋਜ਼ੀ ਰੋਟੀ ਚਲਾ ਰਿਹਾ ਆਪਣੇ ਘਰ ਦਾ ਜੀ, ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਖਾਨੀ ਕਿਹੜੇ ਢੰਗ ਨਾਲ ਵਿਚਾਰਾ ਚਲਾ ਰਿਹਾ। ਇਹਦੀਆਂ ਨੀਤੀਆਂ ਬਹੁਤ ਮਾੜੀਆਂ ਨੇ ਜੀ, ਲੋਕ ਮਾਰੂ ਨੇ। ਚਲੋ ਇਹ ਕਰਦਾ ਜਿਵੇਂ ਇਹਦੀ ਇਹਨੂੰ ਚੰਗਾ ਲੱਗ ਰਿਹਾ, ਪਰ ਆਉਣ ਵਾਲੇ ਸਮੇਂ ਵਿੱਚ ਇਹਨੂੰ ਪਤਾ ਲੱਗ ਜੂ ਵੀ ਲੋਕਾਂ ਨਾਲ ਕਿੱਦਾਂ ਪੰਗੇ ਲਈਦੇ ਨੇ ਜੀ, ਅਤੇ ਲੋਕ ਇਹਨੂੰ ਦੱਸ ਦੇਣਗੇ ਜੀ। ਜਿੱਦਾਂ ਅੱਜ ਤੁਸੀਂ ਕਰ ਰਹੇ ਹੋ ਹਰਫ ਬਾਈ ਦਾ ਸਨਮਾਨ ਕਰ ਰਹੇ ਹੋ, ਚੀਮੇ ਦਾ ਕਰ ਰਹੇ ਹੋ, ਅਤੇ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਨਿਸ਼ਾਨਾ ਬਣਾਇਆ ਜਾ ਰਿਹਾ, ਇਹਨਾਂ ਦੇ ਗਾਣੇ ਡਿਲੀਟ ਕੀਤੇ ਜਾ ਰਹੇ ਨੇ ਯੂਟਿਊਬ ਤੋਂ, ਹੋਰ ਵੀ ਇਹਨਾਂ 'ਤੇ ਜਿਹੜੀਆਂ ਹੋਰ ਸਿੰਗਰ ਨੇ ਉਹਨਾਂ 'ਤੇ ਵੀ ਰੇਡਾਂ ਕੀਤੀਆਂ ਜਾ ਰਹੀਆਂ ਨੇ, ਇਨਕਮ ਟੈਕਸ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ, ਕੀ ਕਹਿੰਗੇ?
ਨਹੀਂ, ਸਰਕਾਰਾਂ ਧੱਕੇ ਕਰਦੀਆਂ ਹੁੰਦੀਆਂ ਨੇ ਜੀ, ਜਦ ਕੋਈ ਸੰਘਰਸ਼ ਦੇ ਵਿੱਚ ਅੱਗੇ ਚੱਲਦਾ ਉਹਨਾਂ ਨੇ ਹਰ ਇੱਕ ਹੱਥਕੰਡਾ ਅਪਣਾਉਣਾ ਜੀ, ਵੀ ਇਹ ਅੱਗੇ ਆ ਕੇ ਆ ਰਿਹਾ ਸਾਡੇ ਖਿਲਾਫ਼ ਚੱਲ ਰਿਹਾ ਹੈ। ਇਹਦੇ ਨਾਲ ਕੀ ਹੋਣ ਲੱਗਿਆ, ਜਦੋਂ ਬੰਦਾ ਸੰਘਰਸ਼ ਤੁਰ ਪਿਆ ਪਰਚੇ ਵੀ ਹੁੰਦੇ ਨੇ, ਸਭ ਕੁਝ ਹੁੰਦਾ, ਸਭ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ, ਠੀਕ ਹੈ ਨਾ, ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਜਿੰਨੇ ਕਿੰਨਿਆਂ ਦੇ ਪਰਚੇ ਕਰਨਗੇ ਕੀ ਕਰਨਗੇ, ਪਰ ਸੰਘਰਸ਼ ਦਬਣ ਵਾਲਾ ਹੈ ਨਹੀਂ ਜੀ। ਜੀ ਜੀ, ਧੰਨਵਾਦ ਜੀ। ਹੋਰ ਵੀ ਸਾਡੇ ਨਾਲ ਵੀਰ ਨੇ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਹਰਪ੍ਰੀਤ ਸਿੰਘ ਐਡਵੋਕੇਟ, ਮੈਂ ਇਸ ਪਿੰਡ ਦਾ ਰਹਿਣ ਵਾਲਾ ਹਾਂ ਜੀ। ਪਿਛਲੇ 12 ਸਾਲਾਂ ਤੋਂ ਮੈਂ ਕੈਨੇਡਾ ਰਹਿ ਰਿਹਾ ਜੀ, ਅਤੇ ਇਸ ਨਾਟਕ ਕਰਕੇ ਅਸੀਂ 20 ਤਰੀਕ ਨੂੰ ਜਾਣਾ ਸੀਗਾ। ਮੈਂ ਅਤੇ ਮੇਰੇ ਬੇਟੇ ਨੇ ਖਾਸ ਕਰਕੇ ਟਿਕਟ ਅੱਗੇ ਕਰਵਾਈ ਹੈ, ਕਿਉਂਕਿ ਨਾਟਕ ਕੋਈ ਅੱਜ ਤੋਂ ਨਹੀਂ, ਇਹ ਸਦੀਆਂ ਤੋਂ ਚੱਲਦੇ ਆ ਰਹੇ ਨੇ ਜੀ। ਇਹਨਾਂ ਨਾਲ ਲੋਕਾਂ ਦੇ ਵਿੱਚ ਉਤੇਜਨਾ ਪੈਦਾ ਹੁੰਦੀ ਹੈ, ਲੋਕਾਂ ਨੂੰ ਜਿਹੜਾ ਮੌਕੇ ਦਾ ਸੰਦਰਭ ਆ ਉਹਦਾ ਪਤਾ ਚੱਲਦਾ, ਆਪਣੇ ਸਮਾਜ ਵਿੱਚ ਜੋ ਕਮੀਆਂ ਪੇਸ਼ੀਆਂ ਨੇ ਉਹਦਾ ਪਤਾ ਚੱਲਦਾ। ਜਿਹੜਾ ਤੁਸੀਂ ਮੋਦੀ ਸਾਹਿਬ ਦੀ ਗੱਲ ਕਰਕੇ ਹਟੇ ਹੋ, ਮੋਦੀ ਸਾਹਿਬ ਦਾ ਇਹ ਅੱਜ ਦੀ ਗੱਲ ਨਹੀਂ ਵੀ ਕਲਾਕਾਰਾਂ ਨੂੰ ਜਾਂ ਸਿੰਗਰਾਂ ਨੂੰ ਜੇਲ੍ਹਾਂ ਦੇ ਪਿੱਛੇ ਦਿੱਤਾ ਜਾ ਰਿਹਾ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਉਹਨਾਂ ਨੇ ਜਾ ਕੇ ਜੇਲ੍ਹ ਦੇ ਵਿੱਚ ਦਿੱਤਾ ਸੀਗਾ, ਜਦੋਂ ਉਹਨਾਂ ਨੇ ਬਾਬਰ ਨੂੰ ਹਾਂ ਦਾ ਨਾਰਾ ਮਾਰਿਆ ਸੀਗਾ ਮੌਕੇ ਦੀ ਸਰਕਾਰ ਨੂੰ। ਇਹ ਜਿਹੜਾ ਮੌਕੇ ਦੀ ਸਰਕਾਰ ਨਾਲ ਪੰਗਾ ਹੁੰਦਾ, ਇਹ ਪੰਗਾ ਕੋਈ ਇੱਕ ਆਮ ਇਨਸਾਨ ਨਹੀਂ ਲੈਂਦਾ, ਇਹ ਪੂਰਾ ਸਮਾਜ ਹੁੰਦਾ, ਸਮਾਜ ਦੀ ਜਿਹੜੀ ਚੇਤਨਾ ਹੁੰਦੀ ਹੈ ਉਹ ਪੰਗੇ ਲੈਂਦੀ ਹੈ ਉਹਦੇ ਨਾਲ, ਕੋਈ ਕਿਸੇ ਦੀ ਪਰਸਨਲ ਲੜਾਈ ਨਹੀਂ ਹੁੰਦੀ ਹੈਗੀ। ਹਾਂਜੀ, ਕੀ ਲੱਗ ਰਿਹਾ, ਪਰ ਨਰਿੰਦਰ ਤੋਮਰ ਨੇ, ਖੇਤੀਬਾੜੀ ਮੰਤਰੀ ਨੇ, ਉਹ ਕਹਿੰਦੇ ਨੇ ਕਿ ਇਕੱਠ ਕਰਨ ਨਾਲ ਕਾਨੂੰਨ ਰੱਦ ਨਹੀਂ ਹੁੰਦੇ, ਟੇਬਲ ਟਾਕ ਕਰੋ, ਗੱਲ ਕਰੋ, ਜੇ ਕੋਈ ਖਾਮੀਆਂ ਲੱਗਦੀਆਂ ਨੇ ਅਸੀਂ ਸੋਧ ਕਰਾਂਗੇ, ਰੱਦ ਨਹੀਂ ਹੋਣੇ, ਇੱਦਾਂ ਦੇ ਬਿਆਨ ਆ ਰਹੇ ਨੇ ਵਾਰ ਵਾਰ, ਉਸਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਦੇਖੋ ਜੀ, ਇਹ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੁੰਦਾ। ਉਹਨਾਂ ਨੂੰ ਲੋਕਾਂ ਦੇ ਵਿੱਚ ਆ ਕੇ, ਲੋਕਾਂ ਦੇ ਜਿਹੜੇ ਕਾਨੂੰਨ ਉਹਨਾਂ ਨੇ ਕਮਰਿਆਂ ਦੇ ਵਿੱਚ, ਏਸੀ ਕਮਰੇ ਦੇ ਵਿੱਚ ਬਹਿ ਕੇ ਕਾਨੂੰਨ ਬਣਾਏ ਨੇ, ਉਹ ਏਸੀ ਕਮਰੇ ਦੇ ਵਿੱਚ ਬਣਾਏ ਹੋਏ ਕਾਨੂੰਨ ਲੋਕਾਂ ਦੇ ਵਿੱਚ ਬਹਿ ਕੇ ਰੱਦ ਕਰਨੇ ਪੈਣੇ ਨੇ। ਇਹ ਤੁਹਾਨੂੰ ਆਉਣ ਵਾਲਾ ਸਮਾਂ ਦੱਸੂਗਾ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਤੁਸੀਂ ਭਗਤ ਸਿੰਘ ਦੇ ਚਾਚਾ ਜੀ ਤੋਂ ਸੇਧ ਲੈ ਸਕਦੇ ਹੋ, ਉਹ ਸੰਘਰਸ਼ 9 ਮਹੀਨੇ ਚੱਲਿਆ ਸੀਗਾ, ਜੇ ਮੈਂ ਗਲਤ ਨਾ ਹੋਵਾਂ। ਆਪਣੇ ਸੰਘਰਸ਼ ਨੂੰ ਜਦੋਂ ਤੁਸੀਂ ਇੱਥੋਂ ਜੱਟ ਗਏ ਨੇ, ਕਿਸਾਨ ਗਏ ਨੇ ਆਪਣੇ, ਉਹ ਵੀ ਇਹ ਕਹਿ ਕੇ ਗਏ ਸੀਗੇ ਵੀ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਜਾ ਰਹੇ ਹਾਂ, ਹਾਲੇ ਤਾਂ ਸ਼ੁਰੂਆਤ ਹੈ। ਇਹ ਸੰਘਰਸ਼ ਲੰਬਾ ਜ਼ਰੂਰ ਚੱਲ ਸਕਦਾ, ਪਰ ਜਿੱਤ ਆਪਣੀ ਕਿਸਾਨਾਂ ਦੀ ਹੋਊਗੀ ਅਤੇ ਸੱਚਾਈ ਦੀ ਜਿੱਤ ਹੋਊਗੀ। ਕੀ ਲੱਗ ਰਿਹਾ, ਤੁਸੀਂ ਬਾਹਰੋਂ ਆਏ ਹੋ, ਆ ਕੇ ਕਿੱਦਾਂ ਦਾ ਮਾਹੌਲ ਲੱਗਿਆ ਤੁਹਾਨੂੰ, ਸਾਡੀਆਂ ਕੀ ਪ੍ਰਾਪਤੀਆਂ ਨੇ ਅੰਦੋਲਨ ਨਾਲ, ਸਾਡੇ ਪਿੰਡਾਂ 'ਚ ਕੀ ਫਰਕ ਪਿਆ, ਇਹ ਕਿੰਨੇ ਕੁ ਜਿਹੜੇ ਵਖਰੇਵੇਂ ਸੀਗੇ ਉਹ ਦੂਰ ਹੋਏ ਨੇ? ਸਭ ਤੋਂ ਵੱਡਾ ਜੀ ਜਿਹੜਾ ਫਰਕ ਲੱਗ ਰਿਹਾ, ਭਾਈਚਾਰੇ ਦੀ ਸਾਂਝ ਵਧੀਆ ਜੀ। ਜਿਹੜੀਆਂ ਸਰਕਾਰਾਂ ਸਾਨੂੰ ਹਰਿਆਣਾ ਵੀ ਕਹਿ ਕੇ, ਰਾਜਸਥਾਨੀ ਕਹਿ ਕੇ ਅਲੱਗ ਕਰਦੇ ਸੀਗੇ, ਹੁਣ ਉੱਥੇ ਬੰਦੇ ਜਿਹੜੇ ਬੈਠੇ ਨੇ ਬਾਰਡਰਾਂ 'ਤੇ ਬੈਠੇ ਨੇ ਜੀ, ਉਹ ਇੱਕ ਦੂਜੇ ਦਾ ਨੰਬਰ ਸਾਂਝਾ ਕਰ ਰਹੇ ਨੇ। ਇਹ ਜਿਹੜੀ ਭਾਈਚਾਰਕ ਸਾਂਝ ਹੈ, ਇਹ ਬਹੁਤ ਸਰਕਾਰ ਹੈ ਜਿਹੜੀ, ਅੱਜ ਤੱਕ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕੋਈ ਵੀ ਪਾਰਟੀ ਹੋਵੇ, ਉਹਨਾਂ ਨੇ ਲੋਕਾਂ ਨੂੰ ਵੱਖ ਕਰਕੇ ਰਾਜ ਕੀਤਾ। ਇਹ ਹੁਣ ਜਿਹੜਾ ਸੰਘਰਸ਼ ਚੱਲ ਰਿਹਾ ਦਿੱਲੀ ਵਿੱਚ, ਇਹ ਸੰਘਰਸ਼ ਨੇ ਭਾਈਚਾਰਕ ਸਾਂਝ ਵਧਾਈ ਹੈ, ਸਮਾਜਿਕ ਸਾਂਝ ਵਧਾਈ ਹੈ ਜੀ। ਇਹਦੇ ਨਾਲ ਸਾਡਾ ਸਮਾਜ ਅੱਗੇ ਵੀ, ਜੇ ਇਹ ਸੰਘਰਸ਼ ਕੋਈ ਨਵਾਂ ਸੰਘਰਸ਼ ਹੋਰ ਵੱਡਾ ਰੂਪ ਲੈ ਕੇ ਉਭਰੂਗਾ ਜੀ ਇਹਦੇ ਨਾਲ। ਹਾਂਜੀ ਹਾਂਜੀ, ਬਿਲਕੁਲ, ਮਿਹਰਬਾਨੀ। ਹੋਰ ਵੀ ਸਾਡੇ ਨਾਲ ਵੀਰ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਹਰਿੰਦਰ ਸਿੰਘ। ਹਰਿੰਦਰ ਸਿੰਘ ਜੀ, ਕੀ ਲੱਗ ਰਿਹਾ, ਇਹ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ, ਅੱਜ ਸਾਨੂੰ ਦਿੱਲੀ ਦੀਆਂ ਸੜਕਾਂ 'ਤੇ ਬੈਠਿਆਂ ਨੂੰ ਕਾਫੀ ਟਾਈਮ ਹੋ ਗਿਆ, ਸਾਡੇ ਬਜ਼ੁਰਗ ਬੈਠੇ ਨੇ, 200 ਤੋਂ ਉੱਪਰ ਕਾਫੀ ਮੌਤਾਂ ਵੀ ਹੋ ਗਈਆਂ ਨੇ, 250 ਦੇ ਕਰੀਬ ਮੌਤਾਂ ਹੋ ਗਈਆਂ ਨੇ, ਸਾਡੇ ਕਿਸਾਨ ਨੇ ਸਹਾਇਤਾ ਪਾ ਰਹੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਕਾਤਲ ਹੈ ਕੇਂਦਰ ਸਰਕਾਰ ਜੀ, ਜਿਹੜੀਆਂ 250 ਮੌਤਾਂ ਹੋਈਆਂ ਨੇ, ਮੰਨ ਲਓ ਸ਼ਹੀਦ ਹੋਏ ਨੇ ਸਾਡੇ ਭੈਣ ਭਰਾ, ਸਾਡੇ ਬਜ਼ੁਰਗ, ਹੈ ਨਾ, ਉਹਦੇ ਵਿੱਚ ਇੱਕ ਤਾਂ ਹੁੰਦਾ ਅਸਿੱਧੇ ਤੌਰ ਦੇ ਉੱਪਰ, ਸਿੱਧੇ ਤੌਰ ਦੇ ਉੱਪਰ ਕਾਤਲ ਕੇਂਦਰ ਸਰਕਾਰ ਹੈ। ਕਾਤਲ ਕਿਉਂ ਹੈ? ਸਾਡਾ ਇੱਕ ਜਮਹੂਰੀ ਹੱਕ ਹੈ, ਸਾਡਾ ਵਿਰੋਧ ਕਰਨਾ, ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ। ਜੇ ਸਾਡੇ ਅਸੀਂ ਸੰਵਿਧਾਨ ਨੂੰ ਪੜ੍ਹੀਏ ਤਾਂ ਸੰਵਿਧਾਨ ਦੇ ਵਿੱਚ ਕੀ, ਅਸੀਂ ਰੋਡ ਨਹੀਂ ਬਲੌਕ ਕਰ ਸਕਦੇ ਜੀ, ਸਾਂਝੀ ਜਗ੍ਹਾ 'ਤੇ ਕਰ ਸਕਦੇ ਹਾਂ, ਸਾਂਝਾ ਮੰਨ ਲਓ ਕਿਸੇ ਖੁੱਲ੍ਹੇ ਜਗ੍ਹਾ 'ਤੇ ਕਰ ਸਕਦੇ ਹਾਂ, ਪਰ ਕੀ ਇੱਥੇ ਜਿਹੜੀਆਂ ਸੜਕਾਂ ਨੇ ਅਸੀਂ ਬਲੌਕ ਕੀਤੀਆਂ ਨੇ? ਨਹੀਂ ਕੀਤੀਆਂ, ਸੜਕਾਂ ਕੇਂਦਰ ਸਰਕਾਰ ਨੇ ਬਲੌਕ ਕੀਤੀਆਂ ਨੇ, ਸੀਮੈਂਟ ਦੀਆਂ ਕੰਧਾਂ ਕਰਕੇ, ਮੂਹਰੇ ਬੈਰੀਕੇਡ ਲਗਾ ਕੇ। ਇੱਕ ਅਸੀਂ ਜਾ ਰਹੇ ਹਾਂ ਜੰਤਰ ਮੰਤਰ, ਜਿੱਥੇ ਪੂਰਾ ਭਾਰਤ ਧਰਨੇ ਲਾਉਂਦਾ, ਪੂਰਾ ਭਾਰਤ ਆਪਣੇ ਪ੍ਰਦਰਸ਼ਨ ਕਰਦਾ, ਪੂਰਾ ਭਾਰਤ ਆਪਣੀ ਆਵਾਜ਼ ਚੱਕਦਾ ਉੱਥੇ ਜਾ ਕੇ, ਅੱਜ ਅਸੀਂ ਉੱਥੇ ਜਾ ਰਹੇ ਹਾਂ, ਸਾਨੂੰ ਉੱਥੇ ਰਸਤੇ ਦੇ ਵਿੱਚ ਰੋਕਤਾ, ਰੋਕਿਆ ਕਿਹਨੇ? ਕੇਂਦਰ ਸਰਕਾਰ ਨੇ। ਸੜਕ ਕਿਹਨੇ ਬਲੌਕ ਕੀਤੀ? ਕੇਂਦਰ ਸਰਕਾਰ ਨੇ। ਜ਼ਿੰਮੇਵਾਰ ਕੌਣ ਹੈ? ਕੇਂਦਰ ਸਰਕਾਰ। ਜਦੋਂ ਉੱਥੇ ਕੇਂਦਰ ਸਰਕਾਰ ਜ਼ਿੰਮੇਵਾਰ ਆ, ਤਾਂ ਸਾਡਾ ਇੱਕ ਜਿਹੜਾ ਜਮਹੂਰੀ ਹੱਕ ਆ, ਉਹ ਹੈਗਾ ਸਾਡੀਆਂ ਬੇਸਿਕ ਐਮਿਨਿਟੀਜ਼, ਸਾਨੂੰ ਬੇਸਿਕ ਫੈਸਿਲਿਟੀਜ਼ ਦੇਣੀਆਂ। ਕਿਤੇ ਵੀ ਕੋਈ ਬੰਦਾ ਪ੍ਰਦਰਸ਼ਨ ਕਰ ਰਿਹਾ ਤਾਂ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ, ਕੋਈ ਵੀ ਸਰਕਾਰ ਹੁੰਦੀ ਹੈ। ਸੋ ਉੱਥੇ ਸਾਡੇ ਕੋਲ ਨਾ ਪੀਣ ਦਾ ਪਾਣੀ ਦਾ ਪ੍ਰਬੰਧ ਹੈ, ਨਾ ਸਾਡੇ ਕੋਲ ਦਵਾਈਆਂ ਦਾ ਪ੍ਰਬੰਧ ਹੈ, ਨਾ ਸਾਡੇ ਕੋਲ ਰਹਿਣ ਦਾ ਪ੍ਰਬੰਧ ਹੈ, ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਹੈ। ਜੇ ਅਸੀਂ ਸੰਵਿਧਾਨ ਨੂੰ ਪੜ੍ਹੀ,
ਕਰੀਏ ਤਾਂ ਜਦੋਂ ਸਾਡੇ ਕੋਲ ਬੇਸਿਕ ਫੈਸਿਲਿਟੀ ਨਹੀਂ ਹੈਗੀਆਂ ਤਾਂ ਸਾਡੇ ਲੋਕਾਂ ਦੀਆਂ ਉੱਥੇ ਸਾਡੇ ਭੈਣਾਂ ਭਰਾਵਾਂ ਦੀਆਂ ਸਾਡੇ ਬਜ਼ੁਰਗਾਂ ਦੀਆਂ ਮੌਤਾਂ ਹੋ ਰਹੀਆਂ ਨੇ ਉਹ ਮੌਤਾਂ ਦੀ ਕਾਤਲ ਕੇਂਦਰ ਸਰਕਾਰ ਹੈ ਜਿਹਦੇ ਉੱਪਰ ਕਿ 302 ਦੇ ਮੁਕੱਦਮੇ ਦੇ ਤਹਿਤ ਨਰਿੰਦਰ ਮੋਦੀ 'ਤੇ ਕੇਸ ਚੱਲਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੇ ਵਿੱਚ ਜਿੱਦਾਂ ਇੱਕ ਐਫਰਟ ਵੀ ਕੀਤੇ ਜਾ ਰਹੇ ਨੇ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਇੱਕ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ ਚਿੱਠੀ ਦੇ ਵਿੱਚ ਉਹਦੇ ਵਿੱਚ ਇਹੀ ਜ਼ਿਕਰ ਕੀਤਾ ਸੀ ਕਿ ਭਰਾਵੋ ਜਿਹੜਾ ਕੇਂਦਰ ਸਰਕਾਰ ਨੂੰ ਕਿ ਤੁਸੀਂ ਇੱਥੇ ਸਾਨੂੰ ਬੇਸਿਕ ਫੈਸਿਲਿਟੀ ਨਹੀਂ ਦਿੱਤੀਆਂ ਜਿਹਦੇ ਕਰਕੇ ਸਾਡੇ ਭੈਣਾਂ ਭਰਾਵਾਂ ਦੀ ਡੈਥ ਹੋ ਰਹੀਆਂ ਨੇ ਮੌਤਾਂ ਹੋ ਰਹੀਆਂ ਨੇ ਇਹਦੇ ਜ਼ਿੰਮੇਵਾਰ ਤੁਸੀਂ ਹੋ ਜਾਂ ਤਾਂ ਸਾਡੀਆਂ ਮੰਗਾਂ ਮੰਨ ਲਓ ਜੇ ਮੰਗਾਂ ਨਹੀਂ ਮੰਨਣੀਆਂ ਹੈਗੀਆਂ ਤਾਂ ਸਾਨੂੰ ਬੇਸਿਕ ਫੈਸਿਲਿਟੀਆਂ ਦਿਓ ਮੋਦੀ ਸਰਕਾਰ ਤੋਂ ਕੋਈ ਜਵਾਬ ਨਹੀਂ ਆਇਆ ਦੂਜੀ ਚਿੱਠੀ ਹੁਣ ਅਸੀਂ ਰਾਸ਼ਟਰਪਤੀ ਨੂੰ ਪਾ ਚੁੱਕੇ ਹਾਂ ਇਹ ਸੰਯੁਕਤ ਮੋਰਚੇ ਵੱਲੋਂ ਹੈ ਮੈਂ ਸੰਯੁਕਤ ਮੋਰਚੇ ਦੇ ਸੰਪਰਕ 'ਚ ਰਹਿਣਾ ਸੰਯੁਕਤ ਮੋਰਚੇ ਵੱਲੋਂ ਦੂਜੀ ਚਿੱਠੀ ਰਾਸ਼ਟਰਪਤੀ ਨੂੰ ਚੱਲੇਗੀ ਹੁਣ ਰਾਸ਼ਟਰਪਤੀ ਵੱਲੋਂ ਇਹਦੇ 'ਤੇ ਕੋਈ ਰਿਸਪੋਂਸ ਨਹੀਂ ਆਉਣਾ ਤਾਂ ਤੀਜੀ ਚਿੱਠੀ ਜਿਹੜੀ ਹੁਣ ਹੈਗੀ ਆ ਪਹਿਲੀਆਂ ਦੋਨਾਂ ਚਿੱਠੀਆਂ ਦੇ ਜਿਹੜੇ ਸਾਈਨਡ ਕਾਪੀਆਂ ਨੇ ਰਿਸੀਵਿੰਗ ਕਾਪੀਆਂ ਨੇ ਨਾਲ ਲਾ ਕੇ UNO ਨੂੰ ਮੂਵ ਲੱਗਿਆ ਕਰਨ ਉਹਦੇ ਨਾਲ ਨਾਲ ਜਿਹੜੀਆਂ ਬੇਸਿਕ ਫੈਸਿਲਿਟੀ ਦੇ ਲਈ ਬਾਹਰਲੀਆਂ ਕੰਟਰੀਜ਼ ਦੇ ਵਿੱਚ ਜਿੰਨੇ ਵੀ ਇੰਡੀਅਨ ਡਿਪਲੋਮੈਟ ਨੇ ਇੰਡੀਅਨ ਡਿਪਲੋਮੈਟ ਨੂੰ ਤਲਬ ਕਰਨ ਦੇ ਲਈ ਜਿਹੜੇ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਜਾਂ ਉੱਥੇ ਦੇ ਵਿਧਾਇਕ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਹਾਂ ਕਿ ਤੁਸੀਂ ਭਾਰਤੀ ਡਿਪਲੋਮੈਟ ਨੂੰ ਸੱਦੋ ਡਿਪਲੋਮੈਟ ਨੂੰ ਸੱਦ ਕੇ ਉਹਦੇ ਨਾਲ ਇਹ ਗੱਲ ਕਰੋ ਕਿ ਸਾਡੇ ਉੱਥੇ ਭੈਣਾਂ ਭਰਾਵਾਂ ਦੀਆਂ ਮੌਤਾਂ ਹੋ ਰਹੀਆਂ ਨੇ ਸਭ ਤੋਂ ਵੱਡਾ ਇਸ਼ੂ ਹੈ ਜਿਹੜਾ ਕਿਉਂ ਹੋ ਰਹੀਆਂ ਨੇ ਕੌਣ ਜ਼ਿੰਮੇਵਾਰ ਹੈ ਉਸ ਚੀਜ਼ ਦਾ ਜਦੋਂ ਭਾਰਤੀ ਡਿਪਲੋਮੈਟ ਨੂੰ ਬੁਲਾਉਣਗੇ UK 'ਚ ਬੁਲਾਇਆ ਜਾਊਗਾ ਹੋਰ ਕੰਟਰੀਆਂ 'ਚ ਬੁਲਾਇਆ ਜਾਊਗਾ ਤਾਂ ਕੇਂਦਰ ਸਰਕਾਰ ਕਿਤੇ ਨਾ ਕਿਤੇ ਦੇਖੋ ਇਹ ਬਦਨਾਮ ਤਾਂ ਹੋਏਗੀ ਇੱਕਦਮ ਮੈਂ ਤਾਂ ਇਹ ਕਹਿਣਾ ਹੁੰਦਾ ਕਿ ਨਰਿੰਦਰ ਮੋਦੀ ਤਾਂ ਜਿੱਦਾਂ ਆਪਾਂ ਕਹਿ ਦਈਏ ਇੱਕ ਮਲੰਗ ਕਿਸਮ ਦਾ ਬੰਦਾ ਉਹਨੂੰ ਤਾਂ ਆਪਾਂ ਪ੍ਰਧਾਨ ਮੰਤਰੀ ਦਾ ਕੀ ਕਹੀਏ ਨਾ ਪਰ ਸਾਡੇ ਜਿਹੜਾ ਮਤਲਬ ਵੀ PM ਦੀ ਚੇਅਰ ਦੀ ਜਿਹੜੀ ਕ੍ਰੈਡੀਬਿਲਟੀ ਹੈ ਉਹ ਬਹੁਤ ਡਾਊਨ ਜਾ ਰਹੀ ਹੈ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਇੱਕ ਰੁਤਬਾ ਜਾਂ ਉਹਦੀ ਇੱਜ਼ਤ ਹੈ ਉਹ ਇੰਨੀ ਘੱਟ ਗਈ ਕਿ ਅੱਜ ਸ਼ਰਮ ਆਉਂਦੀ ਹੈ ਇਹ ਕਹਿੰਦੇ ਹੋਏ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਿਸ ਬੰਦੇ ਨੇ ਉਸ ਕੁਰਸੀ ਦਾ ਹੀ ਸਤਿਕਾਰ ਨਹੀਂ ਕੀਤਾ ਜਿਸ ਬੰਦੇ ਨੇ ਆਪਣੀ ਕੁਰਸੀ ਹੈ ਜਿਹੜੀ ਕਿ ਚੰਦ ਲੋਕਾਂ ਨੂੰ ਵੇਚ ਕੇ ਰੱਖਤੀ ਹੁਣ ਚੰਦ ਲੋਕਾਂ ਨੂੰ ਵੇਚਣ ਦੀ ਗੱਲ ਕਰੀਏ ਆਪਾਂ 6 ਸਾਲਾਂ ਦੇ ਵਿੱਚ 8.5 ਲੱਖ ਕਰੋੜ 14 ਘਰਾਣਿਆਂ ਦਾ ਕਰਜ਼ਾ ਮਾਫ਼ ਕਰਤਾ ਪੂਰੇ ਭਾਰਤ ਦੇ ਕਿਸਾਨਾਂ ਦੇ ਸਿਰ 12 ਲੱਖ ਕਰੋੜ ਕਰਜ਼ਾ ਜੇਕਰ ਉਹ 8.5 ਲੱਖ ਕਰੋੜ ਕਿਸਾਨਾਂ ਦਾ ਮਾਫ਼ ਹੁੰਦਾ ਤਾਂ ਕਈ ਕਰੋੜ ਕਿਸਾਨ ਸੌਖੇ ਹੋ ਜਾਂਦੇ ਦੂਜੇ ਪਾਸੇ ਸਿਰਫ 14 ਪਰਿਵਾਰ ਸੌਖੇ ਕੀਤੇ ਨੇ ਉਸ ਬੰਦੇ ਨੇ ਸੋ ਉਹਨੂੰ ਲੋਕਾਂ ਦਾ ਪ੍ਰਧਾਨ ਮੰਤਰੀ ਕਿੱਦਾਂ ਕਹਿ ਸਕਦੇ ਹਾਂ ਆਪਾਂ ਉਹਨੂੰ ਭਾਰਤ ਦਾ ਮੈਨੂੰ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਭਾਰਤ ਦਾ ਪ੍ਰਧਾਨ ਮੰਤਰੀ ਵੀ ਇਹਨੂੰ ਕਹਿਣਾ ਚਾਹੀਦਾ ਇਹ ਤਾਂ ਸ਼ਰਮਨਾਕ ਗੱਲ ਹੈ ਵੀ ਇਹੋ ਜਿਹਾ ਘਟੀਆ ਕਿਸਮ ਦਾ ਵਿਅਕਤੀ ਹੈ ਜਿਹੜਾ ਅੱਜ ਸਾਡੇ ਦੇਸ਼ ਦੇ ਐਡੇ ਸਤਿਕਾਰ ਵਾਲੇ ਅਹੁਦੇ ਉੱਪਰ ਐਡੇ ਸਤਿਕਾਰਤ ਕੁਰਸੀ ਦੇ ਉੱਪਰ ਜਿਹੜਾ ਬੈਠਾ ਸੋ ਬਾਕੀ ਇਹ ਜਿਹੜਾ ਉਮੀਦ ਹੈ ਜਲਦੀ ਜਿਹੜਾ UNO ਵੱਲੋਂ ਇਹਦਾ ਐਕਸ਼ਨ ਲੈ ਲਿਆ ਜਾਊਗਾ ਕਿ ਜਿਹੜਾ ਇਹ ਮੌਤਾਂ ਦੇ ਜਾਂ ਸ਼ਹੀਦੀਆਂ ਦੇ ਮਾਮਲੇ ਦੇ ਵਿੱਚ ਭਾਰਤ ਸਰਕਾਰ ਹੈ ਜੀ ਉਹ ਕਟਹਿਰੇ 'ਚ ਖੜੀ ਹੋਊਗੀ ਕਿਉਂਕਿ ਉਹ ਕਾਤਲ ਹੈ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ BJP ਦੀ ਗੱਲ ਕੀਤੀ ਜਾਵੇ BJP ਦੇ ਵਿੱਚ ਵੀ ਕੁੜਸਰ ਪੁਥਰ ਹੋਣ ਲੱਗ ਪਈ ਆ ਕਿਉਂਕਿ ਮੇਘਾਲਿਆ ਦੇ ਜਿਹੜੇ ਰਾਜਪਾਲ ਨੇ ਉਹਨਾਂ ਨੇ ਵੀ ਕਿਹਾ ਕਿ ਤੂੰ ਇਹ ਲੋਕਾਂ ਨਾਲ ਪੰਗਾ ਨਾ ਲੈ ਇਹ ਸਿੱਖਾਂ ਨਾਲ ਪੰਗਾ ਨਾ ਲੈ ਇਹ 300 ਸਾਲ ਤੱਕ ਨਹੀਂ ਭੁੱਲਦੇ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਫਿਰ ਵੀ ਨਹੀਂ ਸਮਝ ਰਹੇ ਬਈ ਜੀ ਜਿਹੜਾ ਨਾ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਬਿਆਨ ਆ ਉਹਦੇ ਵੀ 2 ਪੱਖ ਨੇ ਉਹਨੂੰ 1 ਪੱਖ ਤੋਂ ਨਹੀਂ ਸੋਚਣਾ ਚਾਹੀਦਾ 2 ਪੱਖ ਕੀ ਨੇ ਕਿ ਉਹ ਵਿਅਕਤੀ ਅੱਜ ਤੱਕ ਇੱਕ ਪਾਸੇ ਤਾਂ ਉਹਦਾ ਬੈਕਗ੍ਰਾਉਂਡ ਕਿਸਾਨੀ ਦਾ ਹੈ ਹੋ ਸਕਦਾ ਵੀ ਉਹਨੂੰ ਦਰਦ ਹੋਵੇ ਕਿਸਾਨੀ ਦਾ ਪਰ ਦੂਜਾ ਉਹਦਾ ਪੱਖ ਕੀ ਹੈ ਕਿ ਜੋ ਮੋਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਇਹਨੂੰ ਸਿੱਖ ਵਰਸਿਜ਼ ਕੇਂਦਰ ਜਾਂ ਸਿੱਖ ਵਰਸਿਜ਼ ਹਿੰਦੂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਉਹਦੇ ਬਿਆਨ ਦੇ ਵਿੱਚ ਵਾਰੀ ਵਾਰੀ ਇੰਦਰਾ ਗਾਂਧੀ ਦਾ ਜ਼ਿਕਰ ਵਾਰੀ ਵਾਰੀ ਸਿੱਖਾਂ ਦਾ ਜ਼ਿਕਰ ਵਾਰੀ ਵਾਰੀ ਪੰਜਾਬ ਦਾ ਜ਼ਿਕਰ ਇਹ ਸਾਰੀਆਂ ਗੱਲਾਂ ਸ਼ੱਕ ਪੈਦਾ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਇਕੱਲਾ ਸਿੱਖਾਂ ਦਾ ਅੰਦੋਲਨ ਦਿਖਾਇਆ ਜਾ ਰਿਹਾ ਜਿਹੜਾ ਕਿ ਸਾਨੂੰ ਇਹੋ ਜਿਹੀਆਂ ਗੱਲਾਂ ਤੋਂ ਜਿਹੜਾ ਹੈਗਾ ਚੇਤੰਨ ਰਹਿਣਾ ਚਾਹੀਦਾ ਬਾਕੀ ਜਿਹੜਾ ਵੀ ਬੰਦਾ ਸਾਡੇ ਹੱਕ 'ਚ ਆਵਾਜ਼ ਚੱਕਦਾ ਉਹਦਾ ਧੰਨਵਾਦ ਹੈ ਕੋਈ ਵੀ ਵਿਅਕਤੀ ਆ ਚਾਹੇ ਉਹ BJP ਦਾ ਚਾਹੇ ਕਾਂਗਰਸ ਦਾ ਜਿਹੜਾ ਵੀ ਸਾਡੇ ਹੱਕ 'ਚ ਆਵਾਜ਼ ਚੱਕਦਾ ਕਿਉਂਕਿ ਇਹ ਜਿਹੜਾ ਅੰਦੋਲਨ ਹੈ ਜਿੱਦਾਂ ਦਾ ਹੁਕਮਰਾਨ ਅੱਜ ਬੈਠਾ ਉਹਨੂੰ ਇਕੱਲਾ ਕੋਈ ਨਹੀਂ ਹਰਾ ਸਕਦੇ ਆਪਾਂ ਪੰਜਾਬ ਨਹੀਂ ਹਰਾ ਸਕਦੇ ਸਾਡੇ ਲੋਕਾਂ 'ਚ ਵੀ ਅਜੇ ਤੱਕ ਕਮੀ ਹੈ ਮੈਂ ਇੱਕ ਗੱਲ ਕਹਾਂ ਨਾ ਅਸੀਂ ਕਹਿ ਦਿੰਦੇ ਹਾਂ ਯਾਰ ਅਸੀਂ ਬਹੁਤ ਪ੍ਰਾਪਤੀਆਂ ਕਰ ਲਈਆਂ ਤਾਂ ਮੇਰੇ ਖਿਆਲ 'ਚ ਨਹੀਂ ਯਾਰ ਸਾਡੇ ਲੋਕ ਬਹੁਤ ਜਲਦੀ ਭੁੱਲ ਜਾਂਦੇ ਨੇ ਸਾਡੇ ਲੋਕ ਅੱਜ ਜਿਹੜਾ ਹੈਗਾ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਦੇ ਵਿੱਚ ਤਾਂ ਬੱਸਾਂ ਭਰ ਭਰ ਤੁਰ ਪੈਂਦੇ ਹਾਂ ਅਸੀਂ ਦਿੱਲੀ ਜਾਣ ਲੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਨੇ 2000 ਰੁਪਇਆ ਜੁਰਮਾਨਾ ਲਾਉਣਾ ਪੈਂਦਾ ਸ਼ਰਮਨਾਕ ਗੱਲ ਇਹ ਜਿੱਦੇ ਰਾਜਨੀਤਿਕ ਪਾਰਟੀ ਦੀ ਰੈਲੀ ਹੁੰਦੀ ਆ ਉਹਦੇ ਅਸੀਂ ਭੱਜ ਕੇ ਜਾਂਦੇ ਹਾਂ ਹੁੱਬ ਕੇ ਜਾਂਦੇ ਹਾਂ ਦੂਜੇ ਪਾਸੇ ਕਿਸਾਨ ਅੰਦੋਲਨ ਵਾਸਤੇ ਸਾਨੂੰ ਮਿੰਨਤਾਂ ਕਰਨੀਆਂ ਪੈਂਦੀਆਂ ਨੇ ਨਹੀਂ ਯਾਰ ਇੱਦਾਂ ਅਸਲ ਕਹਿੰਦੇ ਹੁੰਦੇ ਨਾ ਇੱਕ ਅੱਜ ਸਿਰ ਬਹੁਤ ਹੋ ਗਏ ਪਰ ਸਿਰਾਂ ਨਾਲੋਂ ਸਿਦਕ ਦੀ ਵੱਧ ਜ਼ਰੂਰਤ ਹੈ ਰਾਜਨੀਤਿਕ ਪਾਰਟੀਆਂ ਵੱਲੋਂ ਪੰਜਾਬ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਨਾਮ ਕਿਸਾਨੀ ਅੰਦੋਲਨ ਦਾ ਹੀ ਦਿੱਤਾ ਜਾ ਰਿਹਾ ਵੀ ਕਿਸਾਨਾਂ ਦੇ ਹੱਕ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਕੀ ਸਮਝਦੇ ਹੋ ਤੁਸੀਂ
ਬਾਈ ਜੀ ਇਹ ਤਾਂ ਸਭ 2022 ਦੀ ਜ਼ਮੀਨ ਤਲਾਸ਼ ਰਹੇ ਨੇ ਜਿਹੜੀ ਉਹਨਾਂ ਦੀ ਖੁੱਸ ਗਈ ਸੀ, ਹੋਰ ਕੁਛ ਨਹੀਂ ਹੈਗਾ। 2022 ਨੂੰ ਜਿਹੜਾ ਹੈਗਾ ਲੱਭ ਰਹੇ ਨੇ ਵੀ ਕਿਸੇ ਪਾਸਿਓਂ ਕੋਈ ਲੱਤ ਹੈ ਜਿਹੜੀ ਕੁਰਸੀ ਦੀ ਲੱਭ ਜਾਵੇ। ਕੋਈ ਪਾਰਟੀ ਯਾਰ ਇੱਕ ਵੀ ਪਾਰਟੀ ਕਿਸਾਨ ਅੰਦੋਲਨ ਦੇ ਹੱਕ 'ਚ ਨਹੀਂ, ਇੱਕ ਵੀ ਰਾਜਨੀਤਿਕ ਲੀਡਰ ਕਿਸਾਨ ਅੰਦੋਲਨ ਦੇ ਹੱਕ 'ਚ ਨਹੀਂ ਹੈਗਾ, ਕਿ ਉਹਨਾਂ ਲਈ ਤਾਂ ਸੋਨੇ ਦੀ ਖਾਣ ਸੀ। ਨਵੇਂ ਪ੍ਰੋਜੈਕਟ ਆਉਂਦੇ, ਹਿੱਸੇ ਹੁੰਦੇ, ਉਹਨਾਂ ਦਾ ਤਾਣਾ ਬਾਣਾ ਚੱਲਣਾ ਸੀ। ਸੋ ਇਹ ਰਾਜਨੀਤਿਕ ਪਾਰਟੀਆਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਮੇਰੇ ਖਿਆਲ 'ਚ। ਜੀ ਅੱਜ ਬਾਈ ਜੀ ਕਿਹੜੇ ਕਿਹੜੇ ਮੇਨ ਕਲਾਕਾਰ ਨੇ ਨਾਟਕ ਦੇ, ਕਿਹੜੇ ਕਿਹੜੇ ਕਲਾਕਾਰ ਵੀਰ? ਅੱਜ ਦੇਖੋ ਇੱਥੇ ਗੁਰਚੇਤ ਚਿੱਤਰਕਾਰ ਦਾ ਮੇਨ ਅਸੀਂ ਬੋਲਾਂਗੇ, ਸੱਚ ਨਾਟਕ ਕੀਤਾ ਜਾ ਰਿਹਾ ਜਿਹੜਾ ਕਿ ਕਿਸਾਨੀ ਸੰਘਰਸ਼ ਨੂੰ ਸਮਰਪਿਤ ਆ। ਉਹਦੇ ਨਾਲ ਨਾਲ ਜਿੱਦਾਂ ਬਾਈ ਹਰਫ ਚੀਮਾ ਅਤੇ ਬਾਈ ਕੰਵਰ ਗਰੇਵਾਲ ਨੂੰ ਸਨਮਾਨਿਤ ਆਪਾਂ ਕਰਨਾ, ਜੋ ਉਹਨਾਂ ਦਾ ਕਿਸਾਨੀ ਅੰਦੋਲਨ ਦੇ ਲਈ ਯੋਗਦਾਨ ਰਿਹਾ ਸੰਘਰਸ਼ ਦੇ ਵਿੱਚ। ਜੀ ਮੇਨ ਤਾਂ ਹਾਂਜੀ ਇਹ ਸਨ ਵੀਰ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ 2022 ਦੀ ਆਪਣੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਗ੍ਹਾ ਤਲਾਸ਼ ਕਰ ਰਹੀਆਂ ਨੇ, ਅਤੇ ਸਾਨੂੰ ਉਹਨਾਂ ਤੋਂ ਕਿਤੇ ਨਾ ਕਿਤੇ ਸੁਚੇਤ ਰਹਿਣਾ ਚਾਹੀਦਾ। ਅਤੇ ਅੱਜ ਅਸੀਂ ਖੜ੍ਹੇ ਹਾਂ ਰਿਉਣੇ ਪਿੰਡ ਵਿੱਚ, ਜਿੱਥੇ ਇੱਕ ਨਾਟਕ ਵੀ ਪੇਸ਼ ਕੀਤਾ ਜਾਊਗਾ ਅਤੇ ਹਲਫ ਚੀਮਾ ਅਤੇ ਕਨਵਰ ਗਰੇਵਾਲ ਦਾ ਸਨਮਾਨ ਵੀ ਕੀਤਾ ਜਾਊਗਾ। ਬਾਈ ਉਹਨੀ ਥੋੜ੍ਹੇ ਟਾਈਮ 'ਚ ਇੱਥੇ ਪਹੁੰਚਣ ਵਾਲੇ ਨੇ, ਉਹਨਾਂ ਨਾਲ ਵੀ ਗੱਲ ਕਰਾਵਾਂਗੇ। ਧੰਨਵਾਦ ਜੀ।